ਗੱਲ ਕਰਦੇ ਹਾਂ ਨਾਭਾ ਜੇਲ੍ਹ ਬ੍ਰੇਕ ਮਾਮਲੇ ਦੀ, ਜਿਸ ਵਿੱਚ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹੱਥ ਲੱਗੀ ਹੈ। ਇਸ 'ਚ ਇੱਕ ਹੋਰ ਫਰਾਰ ਕੈਦੀ ਦੀ ਗ੍ਰਿਫਤਾਰੀ ਹੋਈ ਹੈ। ਜਲੰਧਰ ਦੇ PAP ਚੌਕ ਤੋਂ ਖਤਰਨਾਕ ਗੈਂਗਸਟਰ ਅਮਨਦੀਪ ਢੋਟੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਨਾਭਾ ਦੀ ਹਾਈ ਸਿਕਿਉਰਿਟੀ ਜੇਲ੍ਹ ਬ੍ਰੇਕ ਦੀ ਵਾਰਦਾਤ ਦੇ ਦੌਰਾਨ ਫਰਾਰ ਹੋਈ ਗੈਂਗਸਟਰ ਅਮਨ ਢੋਟੀਆਂ ਨੂੰ ਦਬੋਚਣ ਵਿੱਚ ਜਲੰਧਰ ਪੁਲਿਸ ਕਾਮਯਾਬ ਹੋਈ। ਜਲੰਧਰ ਪੁਲਿਸ ਨੇ ਗੈਂਗਸਟਰ ਨੂੰ ਸ਼ਹਿਰ ਦੇ PAP ਚੌਂਕ ਤੋਂ ਉਸ ਵੇਲੇ ਗ੍ਰਿਫਤਾਰ ਕੀਤਾ ਜਦ ਇਹ ਕੁਖਿਆਤ ਅਪਰਾਧੀ ਕਿਡਨੈਪਿੰਗ ਦੀ ਪਲੈਨਿੰਗ ਨੂੰ ਅੰਜਾਮ ਦੇਣ ਜਾ ਰਿਹਾ ਸੀ। ਅਮਨਦੀਪ ਦੇ ਕੋਲੋਂ ਦੀ 32 ਬੋਰ ਦੀ ਪਿਸਤੌਲ ਅਤੇ 7 ਕਾਰਤੂਸ ਤੇ 4 ਸਿਮ ਬਰਾਮਦ ਹੋਏ ਨੇ। ਗੈਂਗਸਟਰ ਦੇ ਖਿਲਾਫ 26 ਸੰਗੀਨ ਮਾਮਲੇ ਦਰਜ ਨੇ। ਜਲੰਧਰ ਪੁਲਿਸ ਕੋ ਬੜੀ ਕਾਮਯਾਬੀ ਮਿਲੀ ਜਬ ਇਨਮੇ ਸੇ ਇੱਕ ਭਗੋੜਾ ਗੈਂਗਸਟਰ ਅਮਨਦੀਪ ਢੋਟੀਆਂ को जलंधर पुलिस ने अरेस्ट किया। कल रात को 10:30 बजे PAP चौक के पास एक नाके पे इसको अरेस्ट किया। इसके पास से एक 32 बोर का रिवॉल्वर, 7 लाइव कार्ट्रिजेस, 4 सिम कार्ड, एक मोबाइल फ़ोन भी रिकवर किया गया। ये इस फिराक में था कि किसी व्यक्ति को किडनैप करे और उसे रैंसम ले ताकि इनके जो फाइनेंसेस हैं वो ठीक हो सके। पुलिस ने अपने पोलिटिकल बॉसेस जदों प्रेशराइज उन्होंने करन तां पुलिस कम करना बंद कर दिंदी आ। जे फ्री हैंड दिता जाए तो जिथे उन्होंने अख्तियार होन ते आंसरेबल भी होन ते साड़ी सरकार कैप्टन अमरिंदर सिंह जी मुख्यमंत्री साहब वो गवर्नेंस देना चाहते पंजाब नू जिथे हर महकमा अपना काम खुद करे उन्होंने इंटरफेरेंस पोलीटिकल इंटरफेरेंस घट तो घट हो और जो काम ना कर उदन पोलीटिकल लोग इंटरफेयर कर दसन की पी है कम नतीजा पुलिस का उही है। ਬੀਤੇ ਸਾਲ 27 ਨਵੰਬਰ ਨੂੰ ਪਟਿਆਲਾ ਦੀ ਨਾਭਾ ਜੇਲ੍ਹ 'ਚ ਕੁਝ ਹਥਿਆਰਬੰਦ ਬਦਮਾਸ਼ ਵੜ ਗਏ ਸਨ। ਕਾਰ ਸਵਾਰ ਬਦਮਾਸ਼ਾਂ ਨੇ KLF ਦੇ ਦਹਿਸ਼ਤਗਰਦ ਹਰਮਿੰਦਰ ਸਿੰਘ ਮਿੰਟੂ, ਗੈਂਗਸਟਰ ਕਸ਼ਮੀਰ ਸਿੰਘ, ਗੁਰਪ੍ਰੀਤ ਸੇਖੋਂ, ਹਰਵਿੰਦਰ ਸਿੰਘ, ਕੁਲਪ੍ਰੀਤ ਸਿੰਘ ਅਤੇ ਅਮਨਦੀਪ ਸਿੰਘ ਨੂੰ ਛੁਡਾ ਲਿਆ ਸੀ। ਰਾਜੀਵ ਵਧਵਾ, ਜ਼ੀ ਮੀਡੀਆ, ਜਲੰਧਰ।